ते जे इहदी बांह किसी ने ना फड़ी इहदे पिता जी कबाड़ दा काम करदे आ ते कल नूं बदकिस्मती नाल किते इहनूं वी बेचारे नूं स्कूटरी ते कबाड़ ना वेचणा पवे। बाकी मैनूं माण आ जी कि मैं आपदे लूंडे वाला पिंड विच ही पहला इंटरनेशनल बॉक्सर होया बई जी। बलजीत सिंह इंडिया पंजाब इंडिया बीए फाइनल ईयर मेरी रह गई सी जी विच छोटी जी सी मैं डीएवी कॉलेज गिदड़बा विच बीए फाइनल ईयर कर रहा सीगा जी उत्थे ही मेरा इंटर कॉलेज ब्रॉन्ज मेडल सीगा बई जी। कौन कहिंदा है कि हीरे महिलां च ही पैदा हुंदे आ, सतगुरु कृपा करे तां कुल्लियां च वी हीरे पैदा हो जांदे आ। सतगुरु की कृपा हुई है मुक्तसर साहब जिले के पिंड लुंडे वाले ते जिथे एक हीरा पैदा होया गरीबां दे घरे ते उस हीरे की परख की है इंटरनेशनल प्रोफेसनल बॉक्सर प्रवीण कुमार जी ने। तो इस गलों भी असी भाग्यशाली हाँ कि प्रवीण जी का संबंध साढ़े मुक्तसर साहब जिले नाल है। सो बहुता टाइम नहीं लेंदे आपां उस हीरे नाल गल करते हैं। बाई बलजीत सिंह मेरे नाल मौजूद है लुंडे वाला पिंड तो। बाई जी की हाल है? ਵਧੀਆ ਬਾਈ ਜੀ, ਤੁਸੀਂ ਦੱਸੋ? ਠੀਕ ਠਾਕ ਜੀ। ਬਹੁਤ ਚੜ੍ਹਦੀ ਕਲਾ, ਬਹਿ ਨਾ ਜਾਈਏ? ਹਾਂਜੀ ਹਾਂਜੀ ਬਾਈ ਜੀ, ਖਿਡਾਰੀ ਵੈਸੇ ਬਹਿੰਦੇ ਤਾਂ ਹੁੰਦੇ ਨਹੀਂ। ਹਾਂਜੀ ਬਾਈ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਮੇਰੇ ਨਿੱਕੇ ਜਿਹੇ ਬੁਲਾਵੇ 'ਤੇ। ਧੰਨਵਾਦ ਤਾਂ ਸੱਜਣਾ ਤੇਰਾ, ਤੇਰੇ ਵਰਗੇ ਪਲੇਅਰਾਂ ਦੀਆਂ ਸਾਨੂੰ ਇੰਟਰਵਿਊਆਂ ਕਰਨ ਵਾਸਤੇ ਮਗਰ ਮਗਰ ਤੁਰਨਾ ਪੈਂਦਾ ਅਤੇ ਤੂੰ ਪਹਿਲੀ ਵਾਰੀ ਆਖਣ 'ਤੇ ਹੀ ਤਿਆਰ ਹੋ ਗਿਆ, ਇਸ ਵਾਸਤੇ ਤੇਰਾ ਧੰਨਵਾਦ ਹੈ। ਚਲੋ ਹੋਰ ਸੁਣਾ, ਅੱਜ ਕੱਲ੍ਹ ਕੀ ਬਣਦਾ? ਬਸ ਬਾਈ ਜੀ ਗੇਮ ਕਰ ਰਹੇ ਹਾਂ ਬਾਈ, ਮੇਰੇ ਕੋਚ ਜੋ ਕਿ ਮੇਰੇ ਭਰਾ ਵੀ ਨੇ ਵੱਡੇ ਬਾਈ ਪ੍ਰਵੀਨ ਕੁਮਾਰ ਇੰਟਰਨੈਸ਼ਨਲ ਪ੍ਰੋਫੈਸ਼ਨਲ ਬੌਕਸਰ, ਉਹਨਾਂ ਦੇ ਨਾਲ ਹੀ ਆ। ਠੀਕ ਆ, ਉਹਨਾਂ ਨੇ ਕਲੱਬ ਖੋਲਿਆ ਹੈ ਅਬੋਹਰ ਜੀ, ਉੱਥੇ ਪ੍ਰੈਕਟਿਸ ਕਰਦੇ ਹਾਂ। ਠੀਕ ਆ, ਅਬੋਹਰ ਜਾਂਦੇ ਆ ਰੋਜ਼? ਹਾਂਜੀ ਹਾਂਜੀ ਬਾਈ ਜੀ, ਅਬੋਹਰ ਜੀ। ਠੀਕ ਆ, ਅਤੇ ਕਾਰੋਬਾਰ ਕੀ ਆ ਤੁਹਾਡੇ ਫਾਦਰ ਸਾਹਿਬ ਕੀ ਕਰਦੇ ਆ? ਮੇਰੇ ਪਿਤਾ ਜੀ ਕਬਾੜ ਦਾ ਕੰਮ ਕਰਦੇ ਆ ਬਾਈ ਜੀ, ਮੈਂ ਬਾਜੀ ਘਰ ਕਾਸਟ ਨੂੰ ਬਿਲੋਂਗ ਕਰਦਾ ਅਤੇ ਉਹ ਕਬਾੜ ਦਾ ਕੰਮ ਕਰਦੇ ਆ। ਉਹਨਾਂ ਦੇ ਜੋ ਕਾਰੋਬਾਰ ਜਾਂ ਕਮਾਉਂਦੇ ਆ ਉਹਨਾਂ ਨਾਲ ਹੀ ਘਰ ਦਾ ਗੁਜ਼ਾਰਾ ਹੁੰਦਾ ਜੀ। ਲੈ ਵੀ ਸੱਜਣੋ, ਇਹਦੇ ਪਿਤਾ ਨੂੰ ਵੀ ਸਲਾਮ ਹੈ ਇਹਦੇ ਨਾਲ ਨਾਲ, ਕਿਉਂਕਿ ਇੱਕ ਬੰਦਾ ਕਬਾੜ ਦਾ ਕੰਮ ਕਰਕੇ ਆਪਦੇ ਬੱਚੇ ਨੂੰ ਅਬੋਹਰੇ ਰੋਜ਼ ਜਾਂਦਾ, ਅਬੋਹਰ ਪੈ ਜਾਂਦਾ ਨਾ 50 ਕਿਲੋਮੀਟਰ। ਹਾਂਜੀ ਬਾਈ ਜੀ, 50-55 ਕਿਲੋਮੀਟਰ ਰੋਜ਼ ਜਾਂਦਾ, ਖਰਚਾ ਪੈਂਦਾ ਜੇ ਮੋਟਰਸਾਈਕਲ 'ਤੇ ਜਾਂਦਾ ਤਾਂ ਉਹ ਵੀ, ਅਤੇ ਜੇ ਬੱਸ 'ਤੇ ਜਾਂਦਾ ਤਾਂ ਉਹ ਵੀ। ਸਲਾਮ ਹੈ ਸੱਜਣਾ। ਹਾਂਜੀ ਬਾਈ ਜੀ, ਮੇਰੇ ਪਿਤਾ ਜੀ ਦਾ ਸੁਪਨਾ ਸੀਗਾ ਕਿ ਮੈਂ ਇੱਕ ਪਲੇਅਰ ਬਣਾ ਜੀ ਅਤੇ ਟੀ ਵੀ 'ਤੇ ਆਵਾਂ ਜੀ, ਅਤੇ ਉਹਨਾਂ ਦਾ ਸੁਪਨਾ ਕੁਝ ਕੁ ਹੱਦ ਤਾਈਂ ਠੀਕ ਵੀ ਹੋਇਆ ਜੀ, ਅਤੇ ਮੈਂ ਹੋਰ ਅੱਗੇ ਜ਼ੋਰ ਲਾ ਰਿਹਾ ਜੀ। ਠੀਕ ਹੈ, ਅੱਗੇ ਖੇਡਣਾ ਅਤੇ ਨਾਂ ਚਮਕਾਉਣਾ ਪਿਤਾ ਜੀ ਦੇ ਨਾਲ, ਮੇਰੇ ਵੱਡੇ ਭਰਾ ਅਤੇ ਮੇਰੇ ਕੋਚ ਪ੍ਰਵੀਨ ਬੌਕਸਰ ਜੀ ਦਾ ਜੀ, ਅਤੇ ਪਿੰਡ ਦਾ ਨਾਂ ਰੋਸ਼ਨ ਕਰਨਾ ਜੀ, ਅਤੇ ਪੰਜਾਬ ਦਾ ਅਤੇ ਇੰਡੀਆ ਦਾ ਨਾਂ ਰੋਸ਼ਨ ਕਰਨਾ ਜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਾਈ ਜੀ। ਇਹ ਬਾਈ ਹੁਣ ਪੜ੍ਹਾਈ ਫਿਰ ਛੱਡਤੀ ਤੁਸੀਂ? ਹਾਂਜੀ ਬਾਈ ਜੀ, ਮੈਂ ਪੜ੍ਹਾਈ ਛੱਡਤੀ ਸੀਗੀ ਜੀ। ਉਹ ਛੱਡਣ ਦਾ ਕੀ ਕਾਰਨ ਬਣਿਆ? ਬਸ ਕੋਈ ਘਰੇਲੂ ਸਮੱਸਿਆ ਹੋ ਗਈ ਸੀ ਅਤੇ ਉਸ ਤੋਂ ਬਾਅਦ ਮੈਂ ਛੱਡਤੀ। ਬੀ ਏ ਫਾਈਨਲ ਈਅਰ ਮੇਰੀ ਰਹਿ ਗਈ ਸੀਗੀ ਜੀ, ਵਿੱਚ ਛੁੱਟ ਗਈ ਸੀ। ਮੈਂ ਡੀ ਏ ਵੀ ਕਾਲਜ ਗਿੱਦੜਬਾ ਵਿੱਚ ਬੀ ਏ ਫਾਈਨਲ ਈਅਰ ਕਰ ਰਿਹਾ ਸੀਗਾ ਜੀ, ਉੱਥੇ ਹੀ ਮੇਰਾ ਇੰਟਰ ਕਾਲਜ ਬ੍ਰੌਂਸ ਮੈਡਲ ਸੀਗਾ ਬਾਈ ਜੀ 2015 ਵਿੱਚ ਹੀ, ਅਤੇ 2012 ਵਿੱਚ ਮੈਂ ਪਲੱਸ ਟੂ ਕੀਤੀ ਸੀ ਬਾਈ ਜੀ ਆਪਣੇ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਭੂੰਦੜ ਤੋਂ ਜੀ। ਠੀਕ ਆ। ਹਾਂਜੀ ਬਾਈ ਜੀ, ਅਤੇ ਇਹ ਫਿਰ ਤੁਸੀਂ ਕਿੱਥੋਂ ਤੱਕ ਕਿਹੜੇ ਲੈਵਲ ਤੱਕ ਖੇਡੇ ਆ? ਇੰਡੀਆ ਵਾਸਤੇ ਵੀ ਖੇਡਿਆ ਮੈਂ ਸੁਣਿਆ? ਹਾਂਜੀ ਹਾਂਜੀ ਬਾਈ ਜੀ, ਮੈਂ 2012 ਵਿੱਚ ਗੇਮ ਸਟਾਰਟ ਕੀਤੀ ਚੰਡੀਗੜ੍ਹ ਬਾਈ ਜੀ। ਠੀਕ, ਉੱਥੇ ਹੀ ਮੇਰਾ ਬ੍ਰੌਂਸ ਮੈਡਲ ਆਇਆ ਸੀ ਸੀਨੀਅਰ ਸਟੇਟ ਵਿੱਚ ਹੀ। ਉਸ ਤੋਂ ਬਾਅਦ ਜੀ 2014 ਵਿੱਚ ਇੱਕ ਬੌਕਸਿੰਗ ਖੇਡਿਆ ਸੀਗਾ ਮੈਂ ਜੀ ਆਪਣੇ ਨੇਪਾਲ 'ਚ ਹੀ, ਉੱਥੇ ਮੇਰਾ ਗੋਲਡ ਮੈਡਲ ਸੀਗਾ ਜੀ। ਠੀਕ ਆ। ਉਸ ਤੋਂ ਬਾਅਦ ਬਾਈ ਜੀ 2014 'ਚ ਫਿਰ ਮੈਂ ਵਿਸ਼ਾਖਾਪਟਨਮ ਖੇਡਿਆ ਜੀ ਆਲ ਇੰਡੀਆ ਬੌਕਸਿੰਗ ਜੀ, ਉੱਥੇ ਬਾਈ ਜੀ ਮੈਂ ਹਾਰ ਗਿਆ ਸੀਗਾ। ਫਿਰ 2015 'ਚ ਖੇਡਿਆ ਵਿਸ਼ਾਖਾਪਟਨਮ, ਫਿਰ ਦੁਬਾਰਾ ਆਲ ਇੰਡੀਆ ਮੇਰੀ ਸਿਲੈਕਸ਼ਨ ਹੋਈ ਜੀ ਬਾਈ ਪ੍ਰਵੀਨ ਮੇਰੇ ਕੋਚ ਜਿਨ੍ਹਾਂ ਸਦਕਾ ਜੀ ਮੈਂ ਉੱਥੇ ਖੇਡਿਆ ਜੀ, ਮੈਂ ਉੱਥੇ ਫਿਰ ਹਾਰ ਗਿਆ ਜੀ। 2016 'ਚ ਜੀ ਮੇਰਾ ਆਪਣਾ ਬ੍ਰੌਂਸ ਮੈਡਲ ਸੀਗਾ ਜੀ ਡੀ ਏ ਵੀ ਕਾਲਜ ਵੱਲੋਂ ਖੇਡਿਆ ਜੀ, ਅਤੇ ਕੁਛ ਘਰ ਦੇ ਹਾਲਾਤ ਠੀਕ ਨਾ ਹੋਣ ਕਰਕੇ ਜੀ ਫਿਰ ਮੈਂ ਗੇਮ 2-3 ਸਾਲ ਛੱਡਤੀ ਜੀ, ਅਤੇ ਉਸ ਤੋਂ ਬਾਅਦ ਜੀ ਹੁਣ ਬਾਈ ਪ੍ਰਵੀਨ ਜੀ ਨੇ ਮੈਨੂੰ ਫਿਰ ਸਹਾਰਾ ਲਾਇਆ ਜੀ, ਅਤੇ ਮੇਰੇ ਘਰਦਿਆਂ ਸਹਿਯੋਗ ਸਦਕਾ ਜੀ ਮੈਂ ਦੁਬਾਰਾ ਪ੍ਰੋਫੈਸ਼ਨਲ ਬੌਕਸਿੰਗ ਸਟਾਰਟ ਕੀਤੀ ਬਾਈ ਜੀ, ਜੋ ਕਿ ਮੈਂ 10ਵੇਂ ਮਹੀਨੇ ਦੀ 2022 'ਚ ਪਹਿਲੀ ਫਾਈਟ ਦਿੱਲੀ ਵਿਖੇ ਖੇਡਿਆ ਸੀਗਾ ਜੀ, ਅਤੇ ਉੱਥੋਂ ਮੈਂ ਦਿੱਲੀ ਦੇ ਅੰਕਿਤ ਨੂੰ ਹਰਾ ਕੇ ਉਸ ਤੋਂ ਬਾਅਦ ਇੰਟਰਨੈਸ਼ਨਲ ਜਗ੍ਹਾ 'ਤੇ ਆਪਦੀ ਜਗ੍ਹਾ ਬਣਾਈ ਸੀਗੀ ਜੀ ਬੰਗਲਾਦੇਸ਼ 'ਚ ਜੀ। ਫਿਰ ਬੰਗਲਾਦੇਸ਼ ਮੈਂ ਖੇਡਣ ਗਿਆ ਜੀ 11ਵੇਂ ਮਹੀਨੇ 'ਚ, 19 ਤਰੀਕ ਨੂੰ ਮੇਰੀ ਫਾਈਟ ਸੀਗੀ ਬਾਈ ਜੀ, ਉੱਥੇ ਹੀ ਮੇਰੇ ਸੱਟ ਲੱਗ ਗਈ ਜੀ, ਸੱਟ ਲੱਗਣ ਕਾਰਨ ਮੈਂ ਇਹ ਮੈਚ ਹਾਰ ਗਿਆ ਸੀਗਾ ਜੀ। ਠੀਕ ਆ, ਬੰਗਲਾਦੇਸ਼ 'ਚ? ਹਾਂਜੀ ਹਾਂਜੀ ਬਾਈ ਜੀ, ਬੰਗਲਾਦੇਸ਼ 'ਚ। ਇਹ ਫਿਰ ਕੋਈ ਸਰਕਾਰ ਨੇ ਕੋਈ ਸਹਾਇਤਾ ਨਹੀਂ ਕੀਤੀ ਯਾਰ? ਮੈਂ ਤੇਰੇ ਗਵਾਂਢੀ ਪਿੰਡ 'ਚ ਬੈਠਾ ਅਤੇ ਮੈਨੂੰ ਤੇਰੇ ਬਾਰੇ ਪਤਾ ਹੀ ਆ, 5-7 ਦਿਨ ਪਹਿਲਾਂ ਹੀ ਲੱਗਿਆ। ਬਾਈ ਜੀ, ਸਰਕਾਰ ਵੱਲੋਂ ਹਜੇ ਤੱਕ ਕੋਈ
ਮੈਨੂੰ ਸਹਾਇਤਾ ਨਹੀਂ ਦਿੱਤੀ ਗਈ ਜੀ। ਜਿਸ ਤਰ੍ਹਾਂ ਕਿ ਮੈਂ ਐਪਲੀਕੇਸ਼ਨ ਲਾਈ ਹੈ ਜੀ ਡੀ ਸੀ ਸਾਹਿਬ ਕੋਲ ਜੀ, ਉਹਨਾਂ ਨੇ ਮੈਨੂੰ ਭਰੋਸਾ ਦਵਾਇਆ ਜੀ ਕਿ ਜੋ ਵੀ ਬਣਦੀ ਹੈ ਤੁਹਾਡੀ ਸਹਾਇਤਾ ਕੀਤੀ ਜੂਗੀ। ਅਤੇ ਮੇਰੇ ਪਿੰਡ ਦੇ ਜੋ ਸੱਜਣ ਹੈਗੇ ਆ ਜੀ, ਜਿਵੇਂ ਆਪਣੇ ਐਕਸ ਗ੍ਰਾਮ ਪੰਚਾਇਤ ਪੰਚ ਜੋ ਰਹਿ ਚੁੱਕੇ ਆ ਅਤੇ ਐਕਸ ਸਰਵਿਸਮੈਨ ਜੀ ਪਵਿੱਤਰ ਸਿੰਘ ਜੀ ਫੌਜੀ, ਉਹ ਜੀ ਕਾਫੀ ਮੈਨੂੰ ਮੋਟੀਵੇਸ਼ਨ ਕਰਦੇ ਆ ਜੀ। ਅਤੇ ਇਸ ਦੇ ਨਾਲ ਹੀ ਜੋ ਕਿ ਆਪਣੇ ਭਲਾਈ ਅਫਸਰ ਜੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਗੁਰਮੀਤ ਸਿੰਘ ਜੀ, ਉਹ ਵੀ ਕਾਫੀ ਮੋਟੀਵੇਸ਼ਨ ਦਿੰਦੇ ਆ ਜੀ। ਪਰ ਜੀ ਤੁਹਾਨੂੰ ਖੁਦ ਨੂੰ ਪਤਾ ਜੀ ਕਿ ਮਹਿੰਗਾਈ ਦਾ ਦੌਰ ਹੈ ਜੀ। ਬਿਲਕੁਲ ਜੀ। ਅਤੇ ਇੱਕ ਮੇਰੇ ਪਿਤਾ ਜੀ ਕਬਾੜ ਦਾ ਕੰਮ ਕਰਦੇ ਆ ਜੀ, ਠੀਕ ਹੈ ਜੀ, ਅਤੇ ਮੈਨੂੰ ਫਾਈਨੈਂਸ਼ੀਅਲੀ ਲੋੜ ਹੈ ਜੀ ਵੀ ਅੱਗੇ ਵਧਣ ਵਾਸਤੇ, ਪੰਜਾਬ ਦਾ ਨਾਂ ਉੱਚਾ ਲੈ ਕੇ ਜਾਣ ਵਾਸਤੇ ਜੀ। ਬਾਕੀ ਮੈਨੂੰ ਮਾਣ ਹੈ ਜੀ ਕਿ ਮੈਂ ਆਪਦੇ ਲੂੰਡੇ ਵਾਲਾ ਪਿੰਡ ਵਿੱਚ ਜੀ ਪਹਿਲਾ ਇੰਟਰਨੈਸ਼ਨਲ ਬੌਕਸਰ ਹੋਏ ਹਾਂ ਬਾਈ ਜੀ, ਇੰਟਰਨੈਸ਼ਨਲ ਪਲੇਅਰ ਹੋਏ ਹਾਂ ਜੀ। ਬਿਲਕੁਲ, ਮੈਨੂੰ ਲੱਗਦਾ ਹੈ ਜੀ ਆਪਣੇ ਦੋ ਇੱਕ ਪ੍ਰਵੀਣ ਇੱਕ ਤੁਸੀਂ। ਹਾਂਜੀ 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 ਬਾਈ ਜੀ, ਆਪਣੇ ਹਲਕੇ 'ਚ ਮੈਨੂੰ ਲੱਗਦਾ ਦੋ ਹੈ। ਹਾਂਜੀ ਹਾਂਜੀ ਬਾਈ ਜੀ, ਪਹਿਲਾ ਬਾਈ ਜੀ ਪ੍ਰਵੀਨ ਜੀ, ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਇੰਟਰਨੈਸ਼ਨਲ ਬੌਕਸਿੰਗ ਖੜਵਾਈ ਜੀ। ਮਿਹਨਤ ਜਾਰੀ ਰੱਖੀ, ਮਿਹਨਤ ਨਾ ਛੱਡੀ, ਸਮਾਜ 'ਚ ਚੰਗੇ ਬੰਦਿਆਂ ਦੀ ਕੋਈ ਕਮੀ ਨਹੀਂ। ਅਤੇ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ, ਮੌਜੂਦਾ MLA ਆ ਸਾਡੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ, ਤੁਹਾਨੂੰ ਲੋਕਾਂ ਨੇ 3 ਵਾਰੀ MLA ਬਣਾਇਆ ਇੱਥੋਂ ਵੋਟਾਂ ਪਾ ਕੇ, ਅਤੇ ਇਹੋ ਜਿਹੇ ਹੀਰੇ ਰੋਜ਼ ਨਹੀਂ ਪੈਦਾ ਹੁੰਦੇ। ਆਪਾਂ ਝੋਰਾ ਕਰਦੇ ਰਹਿੰਦੇ ਹਾਂ, ਪਿੱਟਦੇ ਰਹਿੰਦੇ ਹਾਂ ਵੀ ਮੁੰਡੇ ਨਸ਼ੇ 'ਤੇ ਲੱਗ ਗਏ, ਨਸ਼ੇ ਨਾ ਮਰ ਗਏ। ਜਿਹੜੇ ਨਸ਼ਾ ਨਹੀਂ ਕਰਦੇ, ਜਿਨ੍ਹਾਂ 'ਚ ਕਾਬਲੀਅਤ ਹੈ, ਉਹਨਾਂ ਦੀ ਆਪਾਂ ਨੂੰ ਬਾਂਹ ਫੜਨੀ ਚਾਹੀਦੀ ਆ। ਸੁਖਜਿੰਦਰ ਕੌਣੀ ਸਾਹਿਬ ਅਤੇ ਪਿਰਤਪਾਲ ਸ਼ਰਮਾ ਜੀ, ਤੁਸੀਂ ਮੌਜੂਦਾ ਸਰਕਾਰ ਦੇ ਨੁਮਾਇੰਦੇ ਆ, ਤੁਹਾਡਾ ਵੀ ਹੱਕ ਬਣਦਾ ਇਸ ਬੰਦੇ ਦੀ ਜ਼ਰੂਰ ਬਾਂਹ ਫੜੋ। ਕਿਉਂਕਿ ਜਿਹੜੇ ਬੰਦੇ 'ਚ ਕਾਬਲੀਅਤ ਹੁੰਦੀ ਹੈ, ਟੇਲੈਂਟ ਹੁੰਦਾ, ਉਹ ਪੈਸੇ ਬਿਨਾਂ ਦੱਬ ਜਾਂਦਾ। ਇਸ ਗੱਲ ਦਾ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ। ਇਸ ਬੰਦੇ ਦੀ ਬਾਂਹ ਫੜੋ, ਹੋ ਸਕਦਾ ਕੱਲ੍ਹ ਨੂੰ ਇਹ ਹਿੰਦੁਸਤਾਨ ਦਾ, ਪੰਜਾਬ ਦਾ, ਗਿੱਦੜਬਾਹ ਦਾ, ਲੁੰਡੇ ਵਾਲੇ ਦਾ ਅਤੇ ਆਪਣਾ ਸਾਰਿਆਂ ਦਾ ਨਾਮ ਬਹੁਤ ਵੱਡੇ ਲੈਵਲ 'ਤੇ, ਇੰਟਰਨੈਸ਼ਨਲ ਲੈਵਲ ਤੱਕ ਚਮਕਾਵੇ। ਅਤੇ ਜੇ ਇਹਦੀ ਬਾਂਹ ਕਿਸੇ ਨੇ ਨਾ ਫੜੀ, ਇਹਦੇ ਪਿਤਾ ਜੀ ਕਬਾੜ ਦਾ ਕੰਮ ਕਰਦੇ ਆ, ਅਤੇ ਕੱਲ੍ਹ ਨੂੰ ਬਦਕਿਸਮਤੀ ਨਾਲ ਕਿਤੇ ਇਹਨੂੰ ਵੀ ਵਿਚਾਰੀ ਨੂੰ ਸਕੂਟਰੀ 'ਤੇ ਕਬਾੜ ਨਾ ਵੇਚਣਾ ਪਵੇ, ਆਪਣਾ ਜ਼ਰੂਰ ਹੱਕ ਬਣਦਾ ਕਿ ਇਹਦੀ ਸਹਾਇਤਾ ਕਰੀਏ, ਇਸ ਬੰਦੇ ਦੀ ਬਾਂਹ ਫੜੀਏ। ਸੋ ਬਾਈ ਬਲਜੀਤ, ਤੇਰੇ ਕੋਲ ਬੰਦੇ ਜਿਵੇਂ ਹੁਣ ਤੂੰ ਕਹਿਤਾ ਪਵਿੱਤਰ ਸਿੰਘ ਫੌਜੀ ਸਾਹਿਬ, ਮੈਂ ਵੀ ਉਹਨਾਂ ਨੂੰ ਪਰਸਨਲ ਤੌਰ 'ਤੇ ਜਾਣਦਾ, ਉਹ ਤੁਹਾਡਾ ਸਾਥ ਵੀ ਦਿੰਦੇ ਆ, ਤੁਹਾਨੂੰ ਅੱਗੇ ਵਧਣ ਵਾਸਤੇ ਉਤਸ਼ਾਹਿਤ ਵੀ ਕਰਦੇ ਆ। ਬਾਈ ਗੁਰਮੀਤ ਆਪਣੇ ਭਲਾਈ ਅਫਸਰ, ਉਹ ਵੀ ਕਰਦੇ ਆ, ਸਰਦਾਰ ਮਿੱਠੂ ਸਿੰਘ ਸਰਪੰਚ ਸਾਹਿਬ ਦੇ ਬੇਟਾ ਜੀ ਆ। ਹਾਂਜੀ ਹਾਂਜੀ ਹਾਂ, ਉਹਨਾਂ ਨੂੰ ਵੀ ਮੈਂ ਜਾਣਦਾ। ਹੋਰ ਕਿਹੜੇ ਕਿਹੜੇ ਸੱਜਣਾ ਨੇ ਤੁਹਾਡਾ ਕੋਈ ਬਾਂਹ ਫੜੀ ਹੈ? ਇੱਕ ਜੀ ਆਪਣੇ ਨਾਲ ਪਿੰਡ ਹੈ ਜੀ ਬਾਦੀਆਂ ਜੀ, ਜਿੱਥੋਂ ਦੇ ਬਾਈ ਪ੍ਰਵੀਨ ਬੌਕਸਰ ਜੀ ਹੈਗੇ ਆ ਜੀ, ਉਹਨਾਂ ਦੇ ਪਿੰਡ ਦੇ ਹੈਗੇ ਜੀ ਨੰਬਰਦਾਰ ਪੱਪ ਸਿੰਘ ਜੀ ਨੰਬਰਦਾਰ, ਉਹ ਵੀ ਆਪਾਂ ਨੂੰ ਕਾਫੀ ਸਹਾਇਤਾ ਦਿੰਦੇ ਜੀ। ਇੱਕ ਮਲੋਟ ਤੋਂ ਹੈਗੇ ਜੀ ਮਨੀਸ਼ ਵਰਮਾ ਜੀ, ਠੀਕ ਹੈ, ਜੋ ਕਿ ਚਾਈਲਡ ਕੇਅਰ ਦੇ ਮੈਂਬਰ ਹੈ ਜੀ, ਉਹ ਹੀ ਮੈਨੂੰ ਬਹੁਤ ਮੋਟੀਵੇਸ਼ਨ ਦਿੰਦੇ ਆ ਜੀ, ਅਤੇ ਮੇਰੀ ਕੁਝ ਕੁ ਹੱਦ ਤਾਂ ਉਹ ਸਹਾਇਤਾ ਵੀ ਕਰਦੇ ਜਿੰਨੀ ਵੀ ਹੋ ਸਕੇ ਜੀ, ਅਤੇ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਜੀ ਜੋ ਕਿ ਔਖੇ ਸਮੇਂ ਵਿੱਚ ਮੇਰੇ ਨਾਲ ਖੜਦੇ ਆ ਜੀ। ਹਾਂਜੀ ਬਾਈ ਜੀ। ਬਾਈ ਸੰਧੂ ਬੌਕਸਿੰਗ ਕਲੱਬ ਦੇ ਤੁਸੀਂ ਹੋਰ ਦੇ ਸਟੂਡੈਂਟ ਹੈ, ਹਾਂਜੀ, ਤੇ ਆਉਣ ਵਾਲੇ ਭਵਿੱਖ 'ਚ ਕੋਈ ਤੁਹਾਡੀਆਂ ਹੋਰ ਵੀ ਪਲਾਨਿੰਗਾਂ ਹੋਣਗੀਆਂ, ਕੋਈ ਟੂਰਨਾਮੈਂਟ ਆ ਰਹੇ ਹੋਣੇ, ਖੇਡਣੇ ਹੋਣੇ? ਹਾਂਜੀ ਹਾਂਜੀ ਬਾਈ ਜੀ, ਜਿਸ ਤਰ੍ਹਾਂ ਕਿ ਬਾਈ ਪ੍ਰਵੀਨ ਜੀ ਮੇਰੇ ਕੋਚ ਸਾਹਿਬ, ਜੋ ਕਿ 26 ਨੂੰ ਮੈਨੂੰ ਪਾਰਟੀਸਪੇਸ਼ਨ, ਇੱਕ ਕੰਪੀਟੀਸ਼ਨ ਹੋ ਰਿਹਾ ਜੀ ਆਪਣਾ ਦਿੱਲੀ ਨੈਸ਼ਨਲ ਲੈਵਲ ਦਾ। ਹਾਂਜੀ ਹਾਂਜੀ ਨੈਸ਼ਨਲ ਲੈਵਲ ਦਾ, ਠੀਕ ਹੈ, ਸ਼ਾਇਦ ਉੱਥੇ ਹੀ ਮੈਂ ਟਾਈਟਲ ਬੈਲਟ 'ਤੇ ਆਪਾਂ ਖੇਡਾਂ ਜੀ, ਆਪਣੇ ਬੈਲਟ ਹੁੰਦੀ ਹੈ ਜੀ, ਉਸ 'ਤੇ ਮੈਂ ਮੈਚ ਲੜਨ ਜਾ ਰਿਹਾ ਜੀ, ਅਤੇ ਉਸ ਤੋਂ ਬਾਅਦ ਹੀ ਮਾਰਚ 'ਚ ਸ਼ਾਇਦ ਮੈਂ ਫੋਰਨ ਕਿਸੇ ਵੀ ਆਪਣੇ ਵਿਦੇਸ਼ 'ਚ ਫਾਈਟ ਲੜ ਸਕਦਾ ਜੀ, ਇੰਨੀ ਪਲੈਨਿੰਗ ਚੱਲ ਰਹੀ ਹੈ ਜੀ। ਬਾਕੀ ਅੱਗੇ ਦੇਖਦੇ ਹਾਂ ਜੀ, ਜਿਵੇਂ ਮੇਰੇ ਕੋਚ ਸਾਹਿਬ ਕਹਿਣਗੇ ਜੀ ਉਸੇ ਤਰ੍ਹਾਂ ਜਿਵੇਂ ਉਹਨਾਂ ਦਾ ਹੁਕਮ ਹੈ ਜੀ। ਚਲੋ ਸਤਿਗੁਰੂ ਭਲਾ ਕਰੇ, ਅਸੀਂ ਵੀ ਚਾਹੁੰਦੇ ਹਾਂ ਕਿ ਤੂੰ ਵੱਡੇ ਲੈਵਲ 'ਤੇ ਆਵੇਂ, ਸਾਨੂੰ ਵੀ ਉਹਦੇ ਨਾਲ ਹੌਸਲਾ ਹੋਵੇ, ਅਸੀਂ ਵੀ ਕੱਲ੍ਹ ਨੂੰ ਪਾਸੇ ਜਾ ਕੇ ਆਹ ਕਰਾਂਗੇ, ਅਸੀਂ ਯਾਰ ਬੌਕਸਰ ਸਾਹਿਬ ਨੂੰ ਜਾਣਦੇ ਹਾਂ, ਬੌਕਸਰ ਸਾਹਿਬ ਨੂੰ ਜਾਣਦੇ। ਬਿਲਕੁਲ ਬਿਲਕੁਲ ਬਾਈ ਜੀ, ਤੁਹਾਡੇ ਐਸੇ ਦਰਵਾਜ਼ੇ ਖੁੱਲ੍ਹੇ ਆ 24 ਘੰਟੇ, ਜਦੋਂ ਮਰਜ਼ੀ ਆਓ ਜੀ। ਬਿਲਕੁਲ, ਚਲੋ ਸਤਿਗੁਰੂ ਕਿਰਪਾ ਕਰੇ। ਬਾਕੀ ਬਾਈ ਤੁਸੀਂ ਕਹਦੇ ਸੀ ਵੀ ਮੈਂ ਪੜ੍ਹਾਈ ਛੱਡਤੀ, ਯਾਰ ਅਜੇ ਤੇਰੀ ਉਮਰ ਕਿਹੜੀ ਹੈ ਪੜ੍ਹਾਈ ਛੱਡਣ ਵਾਲੀ? ਜੇ ਕੋਈ ਮੰਨ ਲਾ ਤੈਨੂੰ ਆਰਥਿਕ ਤੰਗੀ ਹੈ, ਸਮਾਜ 'ਚ ਬਥੇਰੇ ਚੰਗੇ ਬੰਦੇ ਬੈਠੇ ਆ, ਜੇ ਕੱਲ ਨੂੰ ਤੇਰੀ ਕੋਈ ਸਹਾਇਤਾ ਕਰੇ ਤਾਂ ਤੇਰਾ ਕੋਈ ਅੱਗੇ ਪੜ੍ਹਨ ਦਾ ਮਾਣ ਆ ਕਿ ਹੁਣ ਬਸ ਐਂ ਕਹਿਤਾ ਵੀ ਪੜ੍ਹਨਾ ਹੀ ਨਹੀਂ? ਨਹੀਂ 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 ਬਾਈ ਜੀ, ਇਹੋ ਜਿਹੀ ਕੋਈ ਗੱਲ ਨਹੀਂ, ਬਿਲਕੁਲ ਅੱਗੇ ਸਟੱਡੀ ਕਰਾਂਗੇ ਜੀ, ਜੇ ਆਰਥਿਕ ਸਹਾਇਤਾ ਮਿਲ ਜੇ ਜੀ ਤਾਂ ਥੋੜ੍ਹਾ ਜਿਹਾ ਸਾਥ ਮਿਲ ਜੇ ਕਿਸੇ ਦਾ ਜੀ। ਬਿਲਕੁਲ ਬਿਲਕੁਲ ਜੀ, ਆਪਾਂ ਅੱਗੇ ਪੜ੍ਹਾਂਗੇ, ਜਿਸ ਤਰ੍ਹਾਂ ਜੀ ਆਪਾਂ ਬੌਕਸਿੰਗ ਵਿੱਚ ਮੱਲਾਂ ਮਾਰੀਆਂ ਜੀ, ਉਸ ਤਰ੍ਹਾਂ ਆਪਾਂ ਸਟੱਡੀ ਵਿੱਚ ਵੀ ਮੱਲਾਂ ਮਾਰਾਂਗੇ ਜੀ। ਹਾਂਜੀ ਠੀਕ ਆ, ਚਲੋ ਕੋਈ ਨਹੀਂ, ਮਹਾਰਾਜ ਭਲਾ ਕਰੂ, ਕਿਰਪਾ ਕਰੂ, ਕਿਸੇ ਬੰਦੇ ਦੀ ਨਜ਼ਰ ਪੈ ਗਿਆ, ਐਂ ਹੁੰਦਾ। ਜਿਹੜੇ ਆਪਣੇ ਖਲੀ ਸਾਹਿਬ ਹੈ,
ਉਹਨਾਂ ਤੇ ਵੀ ਕਿਸੇ ਚੰਗੇ ਬੰਦੇ ਦੀ ਭੁੱਲਰ ਸਾਹਿਬ ਦੀ ਨਿਗਾਹ ਪਈ ਸੀ ਅੱਗੇ ਆ ਕੇ ਨਹੀਂ ਉਹਨਾਂ ਦਾ ਵੀ ਬੈਕਗ੍ਰਾਉਂਡ ਤਾਂ ਵਿਚਾਰੇ ਉਹ ਵੀ ਆਰਥਿਕ ਤੰਗੀ 'ਚ ਸੀ ਪਰ ਮਿਹਨਤ ਨਾ ਛੱਡੀ ਸਤਿਗੁਰੂ ਤੇ ਭਰੋਸਾ ਰੱਖੀ ਹੋ ਸਕਦਾ ਹੈ ਆਉਣ ਵਾਲਾ ਭਵਿੱਖ ਤੇਰਾ ਹੋਵੇ ਤੇ ਹੋ ਸਕਦਾ ਕੱਲ੍ਹ ਨੂੰ ਮੈਂ ਵੀ ਬਹੁਤ ਤਕੜੇ ਬਾਉਂਸਰ ਦੇ ਕੋਲੇ ਬਾਈ ਬਲਜੀਤ ਕੋਲੇ ਬਹਿ ਕੇ ਦੁਬਾਰਾ ਇੰਟਰਵਿਊ ਕਰਾਂ ਸੱਚੇ ਪਾਤਸ਼ਾਹ ਜ਼ਰੂਰ ਤੇਰੀ ਬਾਂਹ ਫੜੇ ਤੇ ਧੰਨਵਾਦ ਸੱਜਣਾ ਜਿਹੜਾ ਤੂੰ ਟਾਈਮ ਕੱਢਿਆ ਤੇ ਚੜ੍ਹਦੀ ਕਲਾ 'ਚ ਰਹੀ ਸਲਾਮ ਆ ਤੇਰੇ ਮਾਂ ਪਿਓ ਨੂੰ ਤੇਰੇ ਫਾਦਰ ਸਾਹਿਬ ਨੂੰ ਜਿਹੜੇ ਕਬਾੜ ਦਾ ਕੰਮ ਕਰਕੇ ਵੀ ਤੈਨੂੰ ਇੱਥੋਂ ਤੱਕ ਲਿਆ ਰਹੇ ਆ ਹਾਂਜੀ ਬਾਈ ਜੀ ਮੈਂ ਆਪਣੇ ਕੋਚ ਦਾ ਜੀ ਪ੍ਰਵੀਨ ਕੁਮਾਰ ਪ੍ਰੋਫੈਸ਼ਨਲ ਇੰਟਰਨੈਸ਼ਨਲ ਬੋਕਸਰ ਦਾ ਜੀ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੇ ਨਾਲ ਹੀ ਤੁਹਾਡਾ ਜੀ ਧੰਨਵਾਦ ਕਰਦਾ ਜੋ ਕਿ ਤੁਸੀਂ ਮੈਨੂੰ ਕੀਮਤੀ ਟਾਈਮ ਦਿੱਤਾ ਜੀ ਨਿੱਕੇ ਜਿਹੇ ਬੁਲਾਵੇ ਤੇ ਤੁਸੀਂ ਇੱਥੇ ਪਹੁੰਚੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੋ ਸੱਜਣੋ ਚੜ੍ਹਦੀ ਕਲਾ 'ਚ ਰਹੋ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਜਿਹੜਾ ਕੋਈ ਸੱਜਣ ਸਮਰੱਥ ਹੈ ਉਹ ਇਹਦੀ ਬਾਂਹ ਜ਼ਰੂਰ ਫੜੇ ਕਿਉਂਕਿ ਕੱਲ੍ਹ ਨੂੰ ਆਪਾਂ ਮੁੜ ਕੇ ਐਂ ਨਾ ਕਹੀਏ ਕਿ ਸਾਡੇ ਬੱਚੇ ਜੀ ਚਿੱਟੇ ਨੇ ਮਾਰ ਲਏ ਸਾਡੇ ਬੱਚੇ ਜੀ ਬਾਹਰ ਨੂੰ ਜਾ ਵੜੇ ਜਿਹੜੇ ਇੱਥੇ ਆਪਣੇ ਕੋਲੇ ਹੈ ਉਹਨਾਂ ਦੀ ਜ਼ਰੂਰ ਬਾਂਹ ਫੜੀਏ ਉਹਨਾਂ ਦਾ ਜ਼ਰੂਰ ਹੌਂਸਲਾ ਅਫਜਾਈ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।